ਜਿਵੇਂ ਕਿ ਸਾਡੇ ਪ੍ਰੋਗਰਾਮ ਰੂਬਰੂ ਚੱਲਦੇ ਆ ਇੱਕ ਦੂਜੇ ਦੇ ਨਾਲ ਫੇਸ ਟੂ ਫੇਸ, ਤੇ ਉਸੇ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਫੇਰ ਦੁਬਾਰਾ ਇੱਕ ਪ੍ਰੋਗਰਾਮ ਸਾਡਾ ਚੱਲ ਰਿਹਾ। ਬੜੀਆਂ ਦਿੱਕਤਾਂ ਆ ਰਹੀਆਂ ਪੱਤਰਕਾਰਤਾ ਨੂੰ, ਪੱਤਰਕਾਰਾਂ ਨੂੰ ਕੰਮ ਕਰਨ ਵੇਲੇ। ਜੇ ਕੋਈ ਪੱਤਰਕਾਰ ਸਹੀ ਖਬਰ ਲਾਉਂਦਾ ਹੈ ਤਾਂ ਉਹਨੂੰ ਪਰਚੇ ਦੇ ਨਾਲ ਧਮਕਾਇਆ ਜਾਂਦਾ। ਅੱਜ ਅਸੀਂ ਸਾਡੇ ਨਾਲ ਸਾਡੇ ਦੋਸਤ ਵੀ ਹੈ, ਮਿੱਤਰ ਵੀ ਹੈ, ਤੇ ਰਿਪੋਰਟਰ ਵੀ ਹੈ, ਤੇ ਚੈਨਲ ਦੇ MD ਵੀ ਹੈ। ਮੇਰੀ ਮੁਰਾਦ ਨੰਦ ਲਾਲ ਜੀ ਨਾਲਾਗੜ੍ਹ ਤੋਂ ਹੈ, ਇਸ ਵੇਲੇ ਸਾਡੇ ਨਾਲ ਜੁੜੇ ਹੋਏ ਹਨ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਨੰਦ ਲਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਰੋਪੜ TV1 ਦੇ ਵਿੱਚ। ਨਮਸਕਾਰ ਜੀ। ਤੇ ਕਿਸ ਤਰ੍ਹਾਂ ਤੁਹਾਡੇ ਇਲਾਕੇ ਦੇ ਵਿੱਚ ਕੋਰੋਨਾ ਦਾ ਜਿਹੜਾ ਕਹਿਰ ਚੱਲ ਰਿਹਾ, ਕਿਸ ਤਰ੍ਹਾਂ ਚੱਲ ਰਿਹਾ ਤੁਹਾਡਾ? ਸਾਡੇ ਇਲਾਕੇ ਵਿੱਚ ਕੋਰੋਨਾ ਦਾ ਕਹਿਰ ਤਾਂ ਬਿਲਕੁਲ ਪਹਿਲੇ ਪਿਛਲੇ ਹਫਤੇ ਤੋਂ ਠੀਕ ਹੋ ਗਿਆ ਤਾਂ, ਪਰ ਹੁਣ ਦਿਨ ਪਰ ਦਿਨ ਪ੍ਰਤੀ ਦਿਨ ਇਹਦੇ ਅੰਕੜੇ ਜੋ ਵੱਧ ਰਹੇ ਆ। ਔਰ ਜੋ ਇਹਨਾਂ ਦਾ ਜੋ ਕਾਰਨ ਹੈ, ਮੇਨ ਕਾਰਨ ਹੈ, ਮੇਨ ਕਾਰਨ ਹੈ ਕਿ ਜੋ ਪ੍ਰਵਾਸੀ ਲੋਕ ਬਾਹਰ ਸੇ ਹਿਮਾਚਲ ਮੇਂ ਐਂਟਰ ਹੋ ਰਹੇ ਆ, ਬੱਦੀ ਮੇਂ ਐਂਟਰ ਹੋ ਰਹੇ ਆ ਔਰ ਕੁਛ ਜਾ ਰਹੇ ਹੈ, ਤੋ ਇਸ ਕਰਕੇ ਇਹ ਬਹੁਤ ਬੁਰੀ ਸਥਿਤੀ ਜਿਹੜਾ ਖਤਰਨਾਕ ਰੂਪ ਧਾਰਨ ਕਰ ਸਕਦੀ ਹੈ। ਅੱਛਾ, ਇੱਕ ਗੱਲ ਦੱਸਿਓ ਵੀ ਕੁਛ ਪੱਤਰਕਾਰਾਂ ਨੂੰ ਤੁਹਾਨੂੰ ਕੋਈ ਕੰਮ ਕਰਨ ਦੇ ਵਿੱਚ ਕੋਈ ਦਿੱਕਤ ਆ ਰਹੀ, ਕੋਈ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ? ਨਹੀਂ, ਪੱਤਰਕਾਰਾਂ ਤਾਂ ਦਿੱਕਤ ਹੀ ਦਿੱਕਤ ਹੈ, ਹਰ ਜਗ੍ਹਾ ਜਾਓ, ਕਦੀ ਆਪਣੇ ਪ੍ਰਸ਼ਾਸਨ ਦੀ ਤਰਫ ਸੇ ਕਹਤੇ ਯੇ ਨਹੀਂ ਲਗਾਣਾ, ਵੋ ਨਹੀਂ ਲਗਾਣਾ। ਹਾਂ, ਨਾਲਾਗੜ੍ਹ ਕੇ ਕੁਛ ਪੱਤਰਕਾਰ ਹੈ, ਦੋ ਤਿੰਨ ਪੱਤਰਕਾਰ ਹੈ। ਅਸੀਂ ਦੇਖ ਰਹੇ ਹਾਂ ਕਿ ਪੱਤਰਕਾਰਾਂ ਦੀ ਆਜ਼ਾਦੀ ਨੂੰ ਛੀਨਿਆ ਜਾ ਰਿਹਾ। ਬਿਲਕੁਲ, ਇਹ COVID-19 ਜੋ ਇਹਨਾਂ ਨੇ ਚਲਾਇਆ, ਉਸਕੀ ਆੜ ਮੈਂ ਪੱਤਰਕਾਰਾਂ ਦੀ ਜੋ ਆਜ਼ਾਦੀ ਹੈ, ਇਹਨਾਂ ਨੂੰ ਬਿਲਕੁਲ ਛੀਨਿਆ ਜਾ ਰਿਹਾ। ਔਰ ਹਿਮਾਚਲ ਨਾਲਾਗੜ੍ਹ ਦੇ ਦੋ ਤਿੰਨ ਚਾਰ ਪੱਤਰਕਾਰਾਂ ਸਮੇਤ ਹਿਮਾਚਲ ਮੈਂ ਕੁੱਲ ਤਕਰੀਬਨ 12 ਪੱਤਰਕਾਰਾਂ ਦੇ ਉੱਪਰ ਮੁਕੱਦਮੇ ਦਰਜ ਹੋ ਗਏ ਹੈ, ਜੋ ਕਿ ਇੱਕ ਪੱਤਰਕਾਰਿਤਾ ਦੇ ਜੋ ਅਧਿਕਾਰ ਹੈ ਉਨਕੋ ਸੀਮਿਤ ਕਰਨਾ ਹੈ, ਪੱਤਰਕਾਰ ਸਰਕਾਰ ਕੀ ਬੋਲੀ ਬੋਲੇ, ਜੋ ਖਬਰ ਚਲਾਤਾ ਹੈ, ਪੱਤਰਕਾਰ ਕੇ ਖਿਲਾਫ ਮੁਕੱਦਮੇ ਵੀ ਦਰਜ ਹੋਤੇ ਹੈ, ਕਾਫੀ ਪਰੇਸ਼ਾਨੀਆਂ ਕਰਕੇ ਜੇਲ ਵੀ ਪੜ ਰਹੀ ਹੈ। ਹਾਲਾਂਕਿ ਪੱਤਰਕਾਰ ਆਪਣੀ ਇੱਕ ਜਾਨ ਜੋਖਿਮ ਮਾ ਡਾਲ ਕੇ ਇਸ ਲੜਾਈ ਮੈਂ ਪੂਰਨ ਅਹਿਮ ਕੜੀ ਹੈ, ਲੜਨੇ ਮੈਂ ਅਹਿਮ ਯੋਧਾ ਕੇ ਰੂਪ ਮੇ ਅਹਿਮ ਹੈ। ਇਨਕੀ ਨਾ ਕੋਈ ਸੁਰੱਖਿਆ ਕੇ ਲਈ ਸਰਕਾਰ ਕੀ ਤਰਫ ਸੇ ਕੋਈ ਸੁਰੱਖਿਆ ਮੁਹੱਈਆ ਨਹੀਂ ਹੈ, ਇਨਕੋ ਕੋਈ ਸੁਰੱਖਿਆ ਕਿੱਟੇ ਨਹੀਂ ਹੈ, ਕੋਈ ਇਸ ਤਰ੍ਹਾਂ ਕੀ ਫੈਸਿਲਿਟੀ ਨਹੀਂ ਹੈ। ਜੋ ਵੀ ਕਰਦੇ ਹੈ ਆਪਣੀ ਜਾਨ ਜੋਖਿਮ ਪੇ ਕਰਕੇ ਹੀ ਕਰਦੇ ਹੈ। ਉੱਪਰ ਸੇ ਸਰਕਾਰੋਂ ਕੀ ਤਰਫ ਸੇ ਇਤਨਾ ਦਬਾਵ ਹੈ ਇਨਕੇ ਉੱਪਰ ਕਿ ਕੋਈ ਖਬਰ ਐਸੀ ਚਲ ਜਾਏ ਤੋ ਉਸਕੇ ਬਾਅਦ ਮੁਕੱਦਮਾ ਦਾਇਰ ਹੋਤਾ ਹੈ। ਹਮਾਰੇ ਦੋ ਤਿੰਨ ਪੱਤਰਕਾਰ ਹੈ ਨਾਲਾਗੜ ਕੇ ਹੀ ਹੈ, ਉਨਕੇ ਉੱਪਰ ਮੁਕੱਦਮੇ ਦਾਇਰ ਹੈ। ਤੋ ਕਹੀਂ ਨਾ ਕਹੀਂ ਤੋ ਮੈਂ ਮਾਨਤਾ ਹੂੰ ਕਿ ਇਹ ਪ੍ਰਯਾਸ ਹੈ ਜੋ ਪੱਤਰਕਾਰੋਂ ਕੇ ਹੱਕੋਂ ਕੇ ਉੱਪਰ ਕੈਂਚੀ ਚਲਾਣਾ ਹੈ, ਇਨਕੋ ਦਬਾਣੇ ਕੀ ਆਵਾਜ਼ ਪ੍ਰਸ਼ਾਸਨ ਦੁਆਰਾ ਕੀ ਜਾ ਰਹੀ ਹੈ। ਨੰਦ ਲਾਲ ਜੀ, ਸਾਨੂੰ ਪਤਾ ਲੱਗਿਆ ਵੀ ਤੁਹਾਡੇ ਇਲਾਕੇ ਦੇ